ਤੇ ਕੋਸ਼ਿਸ਼ ਹੈ ਵੀ ਚਲੋ ਜੇ ਇੱਕ ਦੋ ਦਿਨਾਂ ਚ ਮਸਲਾ ਹੱਲ ਹੁੰਦਾ ਤੇ ਪਰ ਮੈਨੂੰ ਲੱਗਦਾ ਵੀ ਛੇਤੀ ਇਹ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਇਹ ਇੰਡਸਟਰੀ ਦੇ ਲੋਕਾਂ ਨੇ ਹੀ ਜਿਹੜਾ ਰੋਕ ਲਵਾਈ ਗਈ ਹੈ ਤੇ ਫਿਲਮ ਤਾਂ ਰਿਲੀਜ਼ ਹੋਊਗੀ ਜੀ ਮਤਲਬ ਇਹ ਹੈ ਵੀ ਉਹ ਬੰਦੇ ਦੇ ਮਗਰ ਹੱਥ ਧੋ ਕੇ ਪਏ ਪਏ ਆ ਤੇ ਉਹ ਜਿੰਨਾ ਲੋਕ ਉਹਦੇ ਮਗਰ ਹੱਥ ਧੋ ਕੇ ਪੈਂਦੇ ਆ ਉਨਾ ਹੀ ਰੱਬ ਉਹਦੀ ਸੁਣਦਾ ਉਹਨਾਂ ਤੇ ਇੱਕ ਜ਼ਿਮੀਦਾਰ ਪਰਿਵਾਰ ਆ ਜਿਹੜਾ ਆਮ ਸਾਦਾ 8-10 ਕਿੱਲੇ ਵਾਲਾ ਉਦਾਂ ਦੀ ਕਹਾਣੀ ਹੈ ਕਿੱਦਾਂ ਕਿੱਦਾਂ ਕਿਸਾਨ ਨੂੰ ਕੀ ਪ੍ਰੋਬਲਮ ਆਉਂਦੀਆਂ ਉਹ ਉਦਾਂ ਦੀ ਕਹਾਣੀ ਹੈ ਉਹਦੇ ਵਿੱਚ ਹੋਰ ਕੋਈ ਇਹੋ ਜਿਹਾ ਤਰਾਜੋਗ ਗੱਲ ਨਹੀਂ ਹੈ ਜਿਹੜੇ ਕਲਾਕਾਰ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀਗਾ ਤੇ ਉਵੇਂ ਹੁਣ ਫਿਲਮ ਇੰਡਸਟਰੀ ਨੂੰ ਵੀ ਉਹ ਬਰਦਾਸ਼ਤ ਨਹੀਂ ਹੋ ਰਿਹਾ ਸੋ ਇਸੇ ਕਰਕੇ ਰੋਕ ਲਾਉਣ ਦਾ ਰੀਜ਼ਨ ਕਿਵੇਂ ਦੀ ਐਕਟਿੰਗ ਰਹੀ ਸਿੱਧੂ ਮੂਸੇਵਾਲੇ ਦੀ ਵਧੀਆ ਉਹ ਬੰਦਾ ਜਿੱਥੇ ਗਾਇਕ ਵਧੀਆ ਜਿੱਥੇ ਰਾਈਟਰ ਵਧੀਆ ਜਿੱਥੇ ਇਨਸਾਨ ਵਧੀਆ ਉੱਥੇ ਉਹ ਐਕਟਰ ਵੀ ਬਾ ਕਮਾਲ ਆ ਇੱਦਾਂ ਦਾ ਨਹੀਂ ਉਹ ਬੰਦਾ ਇੰਨਾ ਡਾਊਨ ਟੂ ਅਰਥ ਆ ਤੁਸੀਂ ਚਲੇ ਜਾਓ ਅਤੇ ਉਹ ਬੰਦਾ ਲੱਗਦਾ ਹੀ ਨਹੀਂ ਵੀ ਐਡਾ ਸਟਾਰ ਹੋਊਗਾ ਹੈ ਨਾ ਖੇਤਾਂ ਦੇ ਵਿੱਚ 24 ਘੰਟੇ ਟਰੈਕਟਰ ਦੇ ਬੈਠਣਾ ਕਰਾਹ ਲਾਉਣਾ ਉਹ ਅਸਲ ਮੈਂ ਉਹਦੀ ਇਮੇਜ਼ ਲੋਕਾਂ ਨੇ ਇੰਨਾ ਨੇ ਹੋਰ ਬਣਾਈ ਹੈ ਅਤੇ ਬੰਦਾ ਹੋਰ ਆ ਜਿੰਦਾਬਾਦ ਚੈਨਲ ਦੇਖ ਰਹੇ ਹੋ ਅਤੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਤੌਲਖ ਸਿੱਧੂ ਮੂਸੇਵਾਲਾ ਦੀ ਐਜ਼ ਆ ਹੀਰੋ ਪਲੇਟੀ ਫਿਲਮ ਆ ਰਹੀ ਸੀ ਮੂਸਾ ਜੱਟ ਪਰ ਇੰਡੀਆ ਦੇ ਵਿੱਚ ਉਸਨੂੰ ਜਿਹੜਾ ਰਿਲੀਜ਼ ਲਈ ਜਿਹੜਾ ਉਹ ਮਨਜ਼ੂਰੀ ਨਹੀਂ ਮਿਲੀ ਉਹ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ 1 ਅਕਤੂਬਰ ਨੂੰ ਫਿਲਮ ਰਿਲੀਜ਼ ਹੋਣੀ ਸੀ ਉਸ ਦੇ ਰਿਲੇਟਡ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਫਿਲਮ ਦੇ ਨਾਲ ਜੁੜੇ ਕਲਾਕਾਰ ਆਰਟਿਸਟ ਇੱਥੇ ਪ੍ਰੈਸ ਕਲੱਬ ਦੇ ਵਿੱਚ ਇਕੱਠੇ ਹੋਏ ਸਾਡੇ ਨਾਲ ਇੱਕ ਪੰਜਾਬ ਦੇ ਬਹੁਤ ਵਧੀਆ ਆਰਟਿਸਟ ਪਿੰਡਾਂ ਦੇ ਵਿੱਚ ਲੋਕ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਭਾਨਾ ਪਕੌੜਾ ਜੀ ਦੇ ਨਾਮ ਤੋਂ ਜਿਹੜੇ ਮਸ਼ਹੂਰ ਨੇ ਜਿਹੜਾ ਅੱਜ ਆਰਟਿਸਟ ਉਹਨਾਂ ਨੂੰ ਨਾਮ ਮਿਲਿਆ ਉਹ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਥੈਂਕ ਯੂ ਬਹੁਤ ਮਿਹਰਬਾਨੀ ਕੀ ਰੀਜ਼ਨ ਹੈ ਇਹ ਕੰਟਰੋਵਰਸੀ ਦਾ ਸਿੱਧੂ ਮੂਸੇਵਾਲਾ ਨਾਂ ਅਜੇ ਬਿਨਾਂ ਕੰਟਰੋਵਰਸੀ ਦੇ ਉਹ ਕੋਈ ਗੱਲ ਹੋ ਜੇ ਹੁੰਦਾ ਨਹੀਂ ਹੁਣ ਕੀ ਕੰਟਰੋਵਰਸੀ ਛਿੜ ਗਈ ਕਾਰਨ ਮਤਲਬ ਇਹ ਹੈ ਵੀ ਉਹ ਬੰਦੇ ਦੇ ਮਗਰ ਹੱਥ ਧੋ ਕੇ ਪਏ ਪਏ ਆ ਅਤੇ ਉਹ ਜਿੰਨਾ ਲੋਕ ਉਹਦੇ ਮਗਰ ਹੱਥ ਧੋ ਕੇ ਪੈਂਦੇ ਆ ਉਨਾ ਹੀ ਰੱਬ ਉਹਦੀ ਸੁਣਦਾ ਉਨਾ ਹੀ ਉਹਦੀ ਕਾਮਯਾਬੀ ਦਿਨ ਰਾਤ ਸੁਪਰ ਡੁਪਰ ਹਿੱਟ ਹੁੰਦਾ ਜੀ ਅਤੇ ਇਹ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਸਿੰਗਰ ਲਾਈਨ ਦੇ ਵਿੱਚ ਨਹੀਂ ਸੀ ਬਰਦਾਸ਼ਤ ਕਰ ਰਹੇ ਲੋਕ ਨਹੀਂ ਜਿਹੜੇ ਕਲਾਕਾਰ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀਗਾ ਅਤੇ ਉਵੇਂ ਹੁਣ ਫਿਲਮ ਇੰਡਸਟਰੀ ਨੂੰ ਵੀ ਉਹ ਬਰਦਾਸ਼ਤ ਨਹੀਂ ਹੋ ਰਿਹਾ ਸੋ ਇਸੇ ਕਰਕੇ ਰੋਕ ਲਾਉਣ ਦਾ ਰੀਜ਼ਨ ਕੀ ਲੱਗਦਾ ਕਿਹਨੇ ਰੋਕ ਲਵਾਈ ਹੈ ਸੈਂਸਰ ਬੋਰਡ ਨੇ ਲਵਾਈ ਹੈ ਜਾਂ ਕੋਈ ਵਿਚਲੇ ਸੈਂਸਰ ਬੋਰਡ ਨੂੰ ਲੈਟਰ ਪਾਈ ਗਈ ਹੈ ਸੈਂਸਰ ਬੋਰਡ ਨੂੰ ਮੇਲਾਂ ਪਾਈਆਂ ਗਈਆਂ ਵੀ ਇਹ ਫਿਲਮ ਹੈ ਜਿਹੜੀ ਵਿਵਾਦਿਤ ਹੈ ਇਹ ਕਿਸਾਨਾਂ ਦੇ ਰਾਏ ਆ ਫਲਾਨਾ ਤੇ ਜਾਣ ਬੁੱਝ ਕੇ ਰੋਕ ਲਵਾਈ ਹੈ ਜੀ 63 ਬੰਦੇ ਆ ਜਿਹੜੇ ਕਹਿ ਦਈਏ ਜੀ ਜੀ ਅਤੇ ਰੋਕ ਲਾਈ ਗਈ ਹੈ ਜਾਣ ਬੁੱਝ ਕੇ ਫਿਰ ਕੀ ਹੱਲ ਸੋਚ ਰਹੇ ਹੋ ਹੁਣ ਹੱਲ ਇਹ ਹੈ ਜੀ ਸਾਡੇ ਪ੍ਰੋਡਿਊਸਰ ਸਹਿਬਾਨ ਡਾਇਰੈਕਟਰ ਸਹਿਬਾਨ ਜਿਹੜੇ ਉਹ ਲੱਗੇ ਹੋਏ ਆ ਉਹਨਾਂ ਨੇ ਉਹਨਾਂ ਨਾਲ ਕੋਈ ਕਰੀ ਵੀ ਆ ਗੱਲ ਵੀ ਕੋਈ ਜਿਹੜੇ ਸੀਨ ਤੁਹਾਨੂੰ ਤਰਾਜੋਗ ਲੱਗਦੇ ਆ ਅਸੀਂ ਉਹਨਾਂ ਨੂੰ ਕੱਟ ਦਿੰਦੇ ਹਾਂ ਅਤੇ ਫਿਲਮ ਤਾਂ ਰਿਲੀਜ਼ ਹੋਊਗੀ ਜੀ ਬਾਕੀ ਸਿੱਧੂ ਮੂਸੇਵਾਲੇ ਨਾਲ ਗਾਣੇ ਦੇ ਵਿੱਚ ਕੰਮ ਕਰਿਆ ਉਂਝ ਵੀ ਉਹਨਾਂ ਦੇ ਨਾਲ ਤੁਸੀਂ ਕਈ ਵੀਡੀਓ ਸਾਹਮਣੇ ਕਿੱਦਾਂ ਦਾ ਸੁਭਾਅ ਹੈ ਫਿਰ ਸਿੱਧੂ ਮੂਸੇਵਾਲਾ ਜਿੱਦਾਂ ਲੋਕ ਕਹਿੰਦੇ ਆ ਉਦਾਂ ਕਿ ਲੱਗ ਉਦਾਂ ਦਾ ਨਹੀਂ ਉਹ ਬੰਦਾ ਇੰਨਾ ਡਾਊਨ ਟੂ ਅਰਥ ਹੈ ਤੁਸੀਂ ਚਲੇ ਜਾਓ ਅਤੇ ਉਹ ਬੰਦਾ ਲੱਗਦਾ ਹੀ ਨਹੀਂ ਵੀ ਐਡਾ ਸਟਾਰ ਹੋਊਗਾ ਹੈ ਨਾ ਖੇਤਾਂ ਦੇ ਵਿੱਚ 24 ਘੰਟੇ ਟਰੈਕਟਰ ਦੇ ਬੈਠਣਾ ਕਰਾਹ ਲਾਉਣਾ ਉਹ ਅਸਲ ਮੈਂ ਉਹਦੀ ਇਮੇਜ਼ ਲੋਕਾਂ ਨੇ ਇੰਨਾ ਨੇ ਹੋਰ ਬਣਾਈ ਹੈ ਅਤੇ ਬੰਦਾ ਹੋਰ ਆ ਡਾਊਨ ਟੂ ਅਰਥ ਅਤੇ ਮੈਂ ਨਾ ਮੈਂ ਆਪਦੀ ਲਾਈਫ 'ਚ ਇੰਨਾ ਨਰਮ ਬੰਦਾ ਦੇਖਿਆ ਨਹੀਂ ਜੀ ਜੀ ਮੂਸੇਵਾਲਾ ਜੀ ਹੁਣ ਕਿਸ ਸਥਿਤੀ 'ਚ ਨੇ ਕਿਉਂਕਿ ਪਹਿਲੀ ਫਿਲਮ ਹੀ ਬੈਨ ਕਰ ਦਿੱਤੀ ਗਈ ਉਹਨਾਂ ਦੇ ਕੀ ਵਿਚਾਰ ਹੈ ਅੱਜ ਉਹ ਇੱਥੇ ਮੌਜੂਦ ਵੀ ਹੈ ਨਹੀਂ ਉਹ ਇੰਗਲੈਂਡ ਗਏ ਹੋਏ ਆ ਅਤੇ ਬਾਕੀ ਅਬਰਾਊਡ ਤਾਂ ਸਾਰੇ ਰਿਲੀਜ਼ ਹੋ ਰਹੀ ਹੈ ਫਿਲਮ 1 ਤਰੀਕ ਨੂੰ ਹੀ ਅਤੇ ਕੋਸ਼ਿਸ਼ ਹੈ ਵੀ ਚਲੋ ਜੇ 1-2 ਦਿਨਾਂ 'ਚ ਮਸਲਾ ਹੱਲ ਹੁੰਦਾ ਅਤੇ ਪਰ ਮੈਨੂੰ ਲੱਗਦਾ ਵੀ ਛੇਤੀ ਇਹ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਇਹ ਇੰਡਸਟਰੀ ਦੇ ਲੋਕਾਂ ਨੇ ਹੀ ਜਿਹੜਾ ਰੋਕ ਲਵਾਈ ਗਈ ਹੈ ਅੱਛਾ ਕਈ ਵਾਰੀ ਜਿਹੜੇ ਫਿਲਮ ਮੇਕਰ ਹੁੰਦੇ ਆ ਖੁਦ ਵੀ ਕੰਟਰੋਵਰਸੀ ਕਰਦੇ ਆ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਹੈਗੀ ਕਿ ਇੱਦਾਂ ਦੀ ਗੱਲ ਹੀ ਨਹੀਂ ਦੇਖੋ ਪੂਰੀ ਦੁਨੀਆ ਨੂੰ ਤਾਂ ਵੇਟ ਆ ਵੀ ਮੈਂ ਫਿਲਮ 1 ਤਰੀਕ ਨੂੰ ਆ ਰਹੀ ਹੈ ਹੈ ਨਾ ਅਤੇ ਉਹ ਇੱਦਾਂ ਕੰਟਰੋਵਰਸੀ ਕਰਕੇ ਜਾਂ ਇੱਦਾਂ ਰੌਲਾ ਪਾ ਕੇ ਤਾਂ ਕੋਈ ਫਾਇਦਾ ਹੀ ਨਹੀਂ ਗਾ ਤਾਂ ਫਿਲਮ ਰਿਲੀਜ਼ ਹੀ ਹੋ ਰਹੀ ਹੈ ਸਾਰੀ ਦੁਨੀਆ ਨੂੰ ਵੇਟ ਆ ਫਿਲਮ ਦੀ ਹੈ ਨਾ ਇੱਦਾਂ ਦੀ ਕੋਈ ਗੱਲ ਨਹੀਂ ਪਰ ਫਿਲਮ ਨੂੰ ਰੋਕ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਫਿਲਮ ਦੇ ਵਿੱਚ ਜਿਹੜਾ ਕਿਸਾਨੀ ਮੁੱਦੇ ਨੂੰ ਕਾਫੀ ਚੱਕਿਆ ਗਿਆ ਤਾਂ ਕਹਿ ਰਿਹਾ ਕਿ ਸੈਂਟਰ ਸਰਕਾਰ ਦਾ ਵੀ ਕੁਝ ਨਾ ਕੁਝ ਹੱਥ ਹੈ ਇਸ ਦੇ ਨਹੀਂ ਨਹੀਂ ਸੈਂਟਰ ਸਰਕਾਰ ਦਾ ਤਾਂ ਉਹ ਤਾਂ ਗੱਲਾਂ ਬਾਤਾਂ ਹੀ ਆ ਵੀ ਸੈਂਟਰ ਸਰਕਾਰ ਨੇ ਕਿਹੜਾ ਫਿਲਮ ਦੇਖੀ ਆ ਜਾਂ ਸੈਂਟਰ ਸਰਕਾਰ ਨੂੰ ਉਹ ਹੈਗਾ ਕਿਸੇ ਸੈਂਟਰ ਸਰਕਾਰ ਦਾ ਨਹੀਂ ਹੱਥ ਇਹ ਰੋਕ ਹੀ ਫਿਲਮ ਅਤੇ ਇੰਡਸਟਰੀ ਵਾਲਿਆਂ ਨੂੰ ਵੀ ਲਾਈ ਗਈ ਮੂਸਾ ਜੱਟ ਕਿਹੋ ਜਿਹੀ ਫਿਲਮ ਹੋਊਗੀ ਬਹੁਤ ਵਧੀਆ ਇੱਕ ਦੇਸੀ ਪਿੰਡ ਵਾਲੇ ਪਰਿਵਾਰ ਦੀ ਕਹਾਣੀ ਆ ਅਤੇ ਇੱਕ ਜ਼ਿਮੀਦਾਰ ਪਰਿਵਾਰ ਆ ਜਿਹੜਾ ਆਮ ਸਾਦਾ 8-10 ਕਿੱਲੇ ਵਾਲਾ ਉਦਾਂ ਦੀ ਕਹਾਣੀ ਹੈ ਕਿੱਦਾਂ ਕਿੱਦਾਂ ਕਿਸਾਨ ਨੂੰ ਕੀ ਪ੍ਰੋਬਲਮ ਆਉਂਦੀਆਂ
ਉਦਾਂ ਦੀ ਕਹਾਣੀ ਆ ਉਹਦੇ ਵਿੱਚ ਹੋਰ ਕੋਈ ਇਹੋ ਜਿਹਾ ਤਰਾਜੋਗ ਗੱਲ ਨਹੀਂ ਹੈਗੀ ਬਈ ਸਿੱਧੂ ਮੂਸੇ ਵਾਲਾ ਪਹਿਲੀ ਵਾਰੀ ਐਕਟਿੰਗ ਕਰ ਰਿਹਾ ਤੁਸੀਂ ਵੀ ਕਰਿਆ ਫਿਲਮ ਦੇ ਵਿੱਚ ਕੰਮ ਹਾਂਜੀ ਕਿਵੇਂ ਦੀ ਐਕਟਿੰਗ ਰਹੀ ਸਿੱਧੂ ਮੂਸੇ ਵਾਲੇ ਦੀ ਵਧੀਆ ਉਹ ਬੰਦਾ ਜਿੱਥੇ ਗਾਇਕ ਵਧੀਆ ਜਿੱਥੇ ਰਾਈਟਰ ਵਧੀਆ ਜਿੱਥੇ ਇਨਸਾਨ ਵਧੀਆ ਉੱਥੇ ਉਹ ਐਕਟਰ ਵੀ ਬਾ ਕਮਾਲ ਆ ਜੀ ਫਿਰ ਦਰਸ਼ਕਾਂ ਨੂੰ ਕਦੋਂ ਤੱਕ ਫਿਲਮ ਦੇਖਣ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਕਰੋੜਾਂ ਦੇ ਵਿੱਚ ਫੈਨ ਫੋਲੋਇੰਗ ਆ ਤਾਂ ਕਦੋਂ ਤੱਕ ਇੰਡੀਆ ਦੇ ਜਿਹੜੇ ਦਰਸ਼ਕ ਆ ਵੇਖ ਪਾਉਣਗੇ ਫਿਲਮ ਦੇਖੋ ਬਾਬਾ ਸੁੱਖ ਰੱਖੇ ਜੀ ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜੀ ਡੇਟ ਦਿੱਤੀ ਗਈ ਆ ਉਹ ਤਾਂ ਰਿਲੀਜ਼ ਹੋ ਜੇ ਪਰ ਮੈਨੂੰ ਲੱਗਦਾ ਵੀ ਹਫ਼ਤਾ ਦਸ ਦਿਨ ਇੱਧਰ ਉੱਧਰ ਡੇਟਾਂ ਹੋਣਗੀਆਂ ਜੀ ਜੀ ਸ਼ੁਕਰੀਆ ਜੀ ਤਾਂ ਇਹ ਸੀਗੇ ਸਾਡੇ ਨਾਲ ਮੌਜੂਦ ਪਾਨਾ ਪਕੌੜਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਉਂ ਬੈਨ ਕੀਤੀ ਗਈ ਹੈ ਮੂਸਾ ਜੱਟ